ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਵੀ ਦੇ ਸਮੂਹ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ, ਜਾਨੀ ਕਿ ਜਸਪ੍ਰੀਤ ਵੱਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ। ਜੁਗਾਂ ਜੁਗਾਂਤਰਾਂ ਤੋਂ ਮਨੁੱਖ ਸ੍ਰਿਸ਼ਟੀ ਦੀ ਸੀਮਾ ਦਾ ਭੇਦ ਖੋਲਣ ਲਈ ਬਹਿਬਲ ਰਿਹਾ ਹੈ। ਇਹ ਕਾਇਨਾਤ ਕੀ ਹੈ, ਕਿਸਨੇ ਸਿਰਜੀ ਹੈ, ਧਰਤੀ, ਪਾਣੀ, ਆਕਾਸ਼ ਕੀ ਹੈ, ਮਨੁੱਖ ਕੀ ਹੈ, ਮਨੁੱਖ ਦੀ ਜਗਿਆਸਾ ਕੀ ਹੈ, ਕਿੰਨੇ ਹੀ ਸਵਾਲ ਮਨ ਅੰਦਰ ਉੱਠਦੇ ਰਹੇ, ਉਹ ਇਹਨਾਂ ਦੇ ਜਵਾਬ ਲੱਭਦਾ ਰਿਹਾ। ਜਗਿਆਸਾ ਦੇ ਇਹਨਾਂ ਪਲਾਂ ਚੋਂ ਮਨੁੱਖਤਾ ਨੂੰ ਕਈ ਮਹਾਨ ਰਚਨਾਵਾਂ ਹਾਸਿਲ ਹੋਈਆਂ। ਇਹਨਾਂ ਰਚਨਾਵਾਂ ਦੇ ਰਹੱਸ ਦਾ ਸ਼ਬਦ ਸਰੂਪ ਪਵਿੱਤਰ ਵਜੂਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। 1430 ਪੰਨਿਆਂ ਤੇ ਉਜਾਗਰ ਰਾਗਮਈ ਅਲੌਕਿਕ ਬਾਣੀ ਰੱਬੀ ਚੰਨ ਦੀ ਇਲਾਹੀ ਮੌਜੂਦਗੀ ਹੈ। ਬਾਣੀ ਤੁਰੋਂ ਅਕਾਲ ਨੇ ਹੈ ਆਪ ਭੇਜੀ, ਆਪ ਇਸ ਵਿੱਚ ਕਰੀ ਨਿਵਾਸ ਬੈਠਾ, ਪੰਚਮ ਪਾਤਸ਼ਾਹ ਬਾਣੀ ਲਿਖਵਾ ਰਹੇ ਨੇ, ਲਿਖਦਾ ਭਾਈ ਗੁਰਦਾਸ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਸਤਿਗੁਰ ਹਨ। ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪਿਆਰੇ ਭਗਤ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ ਦਿੱਤੀ ਤੇ ਗੁਰੂ ਜੀ ਨੇ ਪਾਵਨ ਸਰੂਪ ਸੌਂਪ ਕੇ ਸੀਸ ਨਿਭਾਇਆ। ਇਸੇ ਪਾਵਨ ਪੋਥੀ ਵਿੱਚ ਅੱਗੇ ਚੱਲ ਕੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਪ੍ਰਭਾਵ ਸ਼ਾਮਿਲ ਹੋਇਆ। ਇਸ ਤਰ੍ਹਾਂ ਗੁਰਬਾਣੀ ਦੀ ਇਹ ਜੋਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੀ। ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਦੇ ਮੁੱਖ ਸਰੂਪ ਨੂੰ ਸੁਰੱਖਿਅਤ ਅਤੇ ਸੰਭਾਲਣ ਦੀ ਵਿਧੀ ਵਿਉਂਤ ਕੀਤੀ। ਗੁਰੂਆਂ ਤੇ ਭਗਤਾਂ ਦੀ ਬਾਣੀ ਦੇ ਸਾਰੇ ਉਤਾਰੇ ਇਕੱਠੇ ਕੀਤੇ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ 1601 ਵਿੱਚ ਬਾਣੀ ਦੇ ਸੰਕਲਨ, ਸੰਪਾਦਨ ਤੇ ਲੇਖਣ ਦਾ ਸ਼ੁਭ ਕੰਮ ਆਰੰਭ ਹੋਇਆ। ਇਸ ਵਿੱਚ 5 ਗੁਰੂ ਸਾਹਿਬਾਨਾਂ, 15 ਭਗਤਾਂ ਤੇ ਸੂਫੀਆਂ, 11 ਭੱਟਾਂ ਤੇ 4 ਸੰਤਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਹ ਸਾਰਾ ਕਾਰਜ 3 ਸਾਲਾਂ ਵਿੱਚ ਪੂਰਾ ਹੋਇਆ। ਭਾਈ ਬੰਨੋ ਨੂੰ ਜਿਲਦਬੰਦੀ ਕਰਵਾਉਣ ਦੇ ਲਈ ਲਾਹੌਰ ਭੇਜਿਆ ਗਿਆ। ਇਹ ਮਹਾਨ ਬਾਣੀ ਦਾ ਸੰਕਲਨ ਪੂਰਾ ਹੋਣ ਦੇ ਬਾਅਦ ਅਗਸਤ 1604 ਨੂੰ ਆਇਆ ਉਹ ਵਡਭਾਗਾ ਦਿਨ ਜਦੋਂ ਇਸ ਮਹਾਨ ਪਾਵਨ ਗ੍ਰੰਥ ਦੀ ਸਥਾਪਨਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ। ਸਿੱਖ ਭਾਈਚਾਰੇ ਦੀ ਸਭ ਤੋਂ ਮਹਾਨ ਸ਼ਖਸੀਅਤ ਬਾਬਾ ਬੁੱਢਾ ਜੀ ਇਸ ਗ੍ਰੰਥ ਦੇ ਪਹਿਲੇ ਗ੍ਰੰਥੀ ਸੀ। ਇਸ ਤਰ੍ਹਾਂ ਅਗਸਤ 1604 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਗੋਚ ਹੈ ਕੁਝ ਸ਼ਬਦ ਮੈਂ ਲੇ। ਮੁਗਲਾਂ ਨਾਲ ਲੰਬੀ ਜੱਦੋਜਹਿਦ ਮਗਰੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਆਏ ਤਾਂ ਉਹਨਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਦਿਆਂ ਇਸ ਵਿੱਚ 9ਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ ਅਤੇ ਬਾਣੀ ਲਿਖਣ ਦੀ ਮਹਾਨ ਸੇਵਾ ਉਸ ਸਮੇਂ ਦੇ ਮਹਾਨ ਵਿਦਵਾਨ ਭਾਈ ਮਨੀ ਸਿੰਘ ਪਾਸੋਂ ਲਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਵਿਖੇ ਅਕਤੂਬਰ 1708 ਈਸਵੀ ਨੂੰ ਜੋਤੀ ਜੋਤ ਸਮਾਉਣ ਸਮੇਂ ਇਸ ਪਾਵਨ ਬੀੜ ਨੂੰ ਗੁਰੂ ਪਦਵੀ ਦੀ ਮੋਹਰ ਲਗਾਈ ਤੇ ਅੱਗੋਂ ਤੋਂ ਸਿੱਖ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਮੈਂ ਸੰਗਤਾਂ ਨੂੰ ਵਧਾਈ ਦਿੰਦੇ ਹੋਇਆਂ ਬੇਨਤੀ ਕਰਦੀ ਹਾਂ ਕਿ ਹਰ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰਬਾਣੀ ਦੇ ਪਾਵਨ ਉਦੇਸ਼ਾਂ ਅਨੁਸਾਰ ਆਪਣਾ ਜੀਵਨ ਬਸਰ ਕਰੇ। ਡੇਰਾ ਬਾਦ ਦੇ ਵਾਧੇ ਰੁਝਾਨ ਨੂੰ ਦੇਖਦਿਆਂ ਮੈਂ ਹਰ ਇੱਕ ਵਿਅਕਤੀ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਅਕਾਲ ਤੇ ਇੱਕ ਤਖ਼ਤ ਹੇਠ ਆਪਣਾ ਜੀਵਨ ਬਤੀਤ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮਨ ਵਿੱਚ ਵਸਾਇਆ ਹੀ ਨਿਰੰਕਾਰ ਦੇ ਨਾਲ ਇੱਕ ਮਿੱਠਾ ਹਾਸਲ ਹੋ ਸਕੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।